ਗੁਰ ਸਭ ਗੁਰਨ ਕੇਰ ਬਾਣੀ ਮਹਾਨ, ਸਾਰੇ ਗੁਰੂਆਂ ਦੀ ਜੋ ਮਹਾਨ ਬਾਣੀ ਹੈ, ਕਰ ਖੋਜ ਰੋਜ ਲਿਖ ਕਰ ਸੁਜਾਨ, ਕਹਿੰਦੇ ਖੋਜ ਖੋਜ ਕੇ ਆਪ ਤੀਜੇ ਪਾਤਸ਼ਾਹ ਜੀ ਨੇ ਉਚਾਰਨ ਕਰਨੀ ਤੇ ਸੰਸ ਰਾਮ ਨੇ ਉਹ ਬਾਣੀ ਦੀਆਂ ਪੋਥੀਆਂ ਲਿਖੀਆਂ। ਸਭ ਸ਼ਬਦ ਸਕਲ ਪੋਥੀ ਸੁਕੀਨ, ਸਾਰੀ ਉਹ ਗੁਰਬਾਣੀ ਦੇ ਸ਼ਬਦਾਂ ਦੀ ਪੋਥੀਆਂ ਜਦੋਂ ਤਿਆਰ ਹੋਈਆਂ ਦੋ, ਇਹ ਪਿਤਾ ਮੋਹੇ ਉਪਕਾਰ ਚੀਨ, ਮੇਰੇ ਪਿਤਾ ਗੁਰੂ ਅਮਰਦਾਸ ਜੀ ਜਾਣਦੇ ਸਨ, ਚੀਨ ਦਾ ਅਰਥ ਹੈ ਜਾਣਨਾ, ਉਹ ਜਾਣਦੇ ਸਨ ਕਿ ਇਸ ਬਾਣੀ ਦੁਆਰਾ ਹੀ ਪਰ ਉਪਕਾਰ ਦੁਨੀਆਂ ਤੇ ਹੋਣਾ, ਲੋਕਾਂ ਦਾ ਭਲਾ ਹੋਣਾ ਹੈ। ਜਦ ਦੇਵ ਲੋਕ ਪਹੁੰਚੇ ਕਿਰਪਾਲ, ਜਦੋਂ ਮੇਰੇ ਪਿਤਾ ਕਿਰਪਾਲੂ ਜੀ ਸੱਚਖੰਡ ਨੂੰ ਗਏ, ਜੋਤੀ ਜੋਤ ਸਮਾਏ, ਤਬ ਸੰਸ ਰਾਮ ਰਾਖੀ ਸੰਭਾਲ, ਉਹ ਪੋਥੀਆਂ ਸੰਸ ਰਾਮ ਮੇਰੇ ਸਾਹਿਬਜ਼ਾਦੇ ਮੇਰੇ ਪੁੱਤਰ ਨੇ ਸੰਭਾਲ ਕੇ ਰੱਖੀਆਂ। ਬਾ ਅਦਬ ਤੁਮ ਕਰੀ ਜਾਚਨਾ ਬਹੁਰ ਆਏ, ਜਦੋਂ ਤੁਸੀਂ ਆਏ ਉਹ ਪੋਥੀਆਂ ਦੀ ਤੁਸੀਂ ਦੁਬਾਰਾ ਇੱਛਾ ਕੀਤੀ ਮੇਰੇ ਪਾਸ ਆ ਕੇ, ਹਮ ਦਈ ਤਬੈ ਸੁੱਤ ਤੇ ਮੰਗਾਏ, ਅਸੀਂ ਉਹ ਪੋਥੀਆਂ ਮੰਗਾ ਕੇ ਤੁਹਾਨੂੰ ਆਪਣੇ ਪੁੱਤਰ ਸੰਸ ਰਾਮ ਤੋਂ ਦੇ ਦਿੱਤੀਆਂ। ਸਾਧ ਸੰਗਤ ਜੀ, ਬਾਬੇ ਮੋਹਨ ਨੂੰ ਪੋਥੀਆਂ ਦੇਣ ਦਾ ਹੁਕਮ ਗੁਰੂ ਅਮਰਦਾਸ ਜੀ ਕਰ ਗਏ ਸੀ, ਮਹਾਰਾਜ ਕਹਿ ਗਏ ਸੀ, ਕਹਿੰਦੇ ਭਾਈ ਮੋਹਨ ਇਹ ਪੋਥੀਆਂ ਤੂੰ ਸਾਂਭ ਕੇ ਰੱਖਣੀਆਂ, ਇਹ ਕਿਸੇ ਨੂੰ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਨਹੀਂ ਦੇਣੀਆਂ। ਦੇਖੋ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਹੈ ਮਹਾਰਾਜ ਜੀ ਨੇ, ਪਰ ਭਵਿੱਖ ਨੂੰ ਵਿਚਾਰ ਕੇ ਭਵਿੱਖਤ ਬਚਨ ਕੀਤਾ ਸਤਿਗੁਰੂ ਜੀ ਨੇ ਕਿ ਜਦੋਂ ਪੰਜਵੇਂ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠਣਗੇ ਤੇਰੇ ਕੋਲੋਂ ਆ ਕੇ ਮੰਗਣਗੇ, ਉਹਨਾਂ ਨੂੰ ਦੇਣੀਆਂ ਹੋਰ ਨਹੀਂ। ਬਾਬਾ ਬੁੱਢਾ ਜੀ ਕਹਿੰਦੇ ਮੈਂ ਜਾ ਕੇ ਲਿਆਉਣਾ ਪੋਥੀਆਂ, ਕਹਿੰਦੇ ਜਾ ਬਈ ਤੂੰ ਲਿਆ ਮਹਾਂਪੁਰਖਾ। ਹੁਣ ਬਾਬੇ ਮੋਹਨ ਦੀ ਸਮਾਧੀ 6-6 ਮਹੀਨੇ ਲੱਗੀ ਰਹਿੰਦੀ ਸੀ, ਇਤਿਹਾਸ ਵਿੱਚ ਆਉਂਦਾ ਜਾਲੇ ਲੱਗ ਜਾਣੇ, ਦਰਵਾਜ਼ਾ ਨਹੀਂ ਖੋਲ੍ਹਣਾ, ਅੰਦਰ ਸਿਮਰਨ ਵਿੱਚ ਬੈਠੇ ਰਹਿਣਾ। ਇਹਨੂੰ ਸੁੰਨ ਅਵਸਥਾ, ਸੁੰਨ ਸਮਾਧੀ ਕਿਹਾ ਜਾਂਦਾ ਹੈ, ਅਫੁਰ ਅਵਸਥਾ। ਸੋ ਸਾਧ ਸੰਗਤ ਜੀ, ਬਾਬਾ ਜੀ ਨੇ ਹਾਕਾਂ ਮਾਰੀਆਂ, ਕਿੱਥੋਂ ਸਮਾਧੀ ਖੁੱਲ੍ਹਣ ਵਾਲੀ ਸੀ, ਚੁਗਾਠ ਹੀ ਪੁੱਟਤੀ, ਬਲੀ ਸੀ ਤਕੜੇ ਸਰੀਰ 'ਤੇ, ਅਤੇ ਜਦੋਂ ਚੁਗਾਠ ਪੁੱਟੀ ਨਾ ਬਾਬਾ ਜੀ ਦੀ ਅਗਾਧ ਸਮਾਧੀ, ਡੂੰਘੀ ਸਮਾਧੀ ਲੱਗੀ, ਅਤੇ ਬਾਬਾ ਜੀ ਐਂ ਹਲੂਣੇ ਦੇਣ ਬਾਬੇ ਮੋਹਨ ਨੂੰ, ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਉਹ ਕਿੱਥੋਂ ਸਮਾਧੀ ਖੁੱਲ੍ਹੇ। ਇਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਆ ਸਾਧ ਸੰਗਤ ਜੀ। ਉਸ ਵਕਤ ਫਿਰ ਬਾਬਾ ਜੀ ਹਾਕਾਂ ਉੱਕਾਂ ਮਾਰ ਕੇ ਆ ਗਏ, ਫਿਰ ਭਾਈ ਗੁਰਦਾਸ ਜੀ ਗਏ, ਭਾਈ ਗੁਰਦਾਸ ਜੀ ਨੂੰ ਵੀ ਨਹੀਂ, ਫਿਰ ਮਹਾਰਾਜ ਨੇ ਜਦੋਂ ਸ਼ਬਦ ਦਾ ਕੀਰਤਨ ਕੀਤਾ ਨਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਉਦੋਂ ਸਮਾਧੀ ਖੁੱਲ੍ਹੀ। ਫਿਰ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਆਏ ਮਹਾਰਾਜ ਪਾਸ, ਕਹਿੰਦੇ ਮੇਰੇ ਪਿਤਾ ਦਾ ਬਚਨ ਸੀ ਤੁਹਾਨੂੰ ਇਹ ਅਮਾਨਤ ਦੇਣੀ ਹੈ, ਇਸ ਕਰਕੇ ਮੈਂ ਤੁਹਾਨੂੰ ਦਿੱਤੀ ਹੈ, ਪਹਿਲਾਂ ਆਏ ਬਥੇਰੇ ਮੈਂ ਨਹੀਂ ਦਿੱਤੀ, ਸੋ ਮੇਰੀ ਡਿਊਟੀ ਸੀ, ਸੋ ਇਹ ਪੋਥੀਆਂ ਕਹਿੰਦੇ ਮੈਂ ਸੰਸ ਰਾਮ ਕੋਲੋਂ ਲੈ ਕੇ ਫਿਰ ਤੁਹਾਨੂੰ ਦਿੱਤੀਆਂ, ਸਾਂਭ ਕੇ ਜੋ ਰੱਖੀਆਂ ਸਨ।